ਦੇ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੈਜੀਤ ਸਿੰਘ ਜੋਹਲ ਨੇ ਸਰਕਾਰੀ ਕੋਠੀਆਂ ਵਿੱਚੋਂ ਸਮਾਨ ਗਾਇਬ ਹੋਣ ਦੀਆਂ ਚੱਲ ਰਹੀਆਂ ਖਬਰਾਂ ਤੋਂ ਬਾਅਦ ਮੰਤਰੀ ਸਿੰਘ ਬਾਦਲ ਦਾ ਪੱਖ ਪੂਰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਤੇ ਗਲਤ ਇਲਜ਼ਾਮ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਕੋਈ ਵੀ ਫਰਨੀਚਰ ਗਾਇਬ ਨਹੀਂ ਹੋਇਆ ਪੀ ਡਬਲਯੂ ਡੀ ਨੂੰ ਫਰਨੀਚਰ ਦੀ 182000 ਪੇਮੈਂਟ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਕਿ ਇਹ ਫਰਨੀਚਰ ਹੈਰੀਟੇਜ ਨਹੀਂ ਸਿਰਫ 15 ਸਾਲ ਪੁਰਾਣਾ ਫਰਨੀਚਰ ਹੈ ਸਾਲ 2008 ਵਿੱਚ ਮਨਪ੍ਰੀਤ ਬਾਦਲ ਨੇ ਫਰਨੀਚਰ ਤਿਆਰ ਕਰਵਾਇਆ ਸੀ ਤੇ ਬਾਅਦ ਵਿੱਚ ਫਿਰ ਫਰਨੀਚਰ 2017 ਚ ਪੀ ਡਬਲਯੂ ਡੀ ਦੇ ਸਟੋਰ ਤੋਂ ਕਢਵਾਇਆ ਸੀ ਕਿਉਂਕਿ ਜਦੋਂ ਅਕਾਲੀ ਮੰਤਰੀ ਸਕੋਟੀ ਵਿੱਚ ਆਏ ਸਨ ਤਾਂ ਉਹਨਾਂ ਨੇ ਇਹ ਫਰਨੀਚਰ ਪੀ ਡਬਲਯੂ ਡੀ ਸਟੋਰ ਵਿੱਚ ਰਖਵਾ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਪੀ ਡਬਲਯੂ ਡੀ ਵਿਭਾਗ ਕੋਲ ਪੇਮੈਂਟ ਦਾ 24 ਤਰੀਕ ਦਾ ਚੈੱਕ ਵੀ ਹੈ ਅਸੀਂ ਹਰੇਕ ਸਮਾਨ ਦੀ ਲਿਸਟ ਬਣਾ ਕੇ ਉਸ ਦੀ ਵੀਡੀਓਗ੍ਰਾਫੀ ਕੀ ਕੀਤੀ ਹੈ ਇਹ ਬਿਲਕੁਲ ਵੀ ਪੁਰਾਣਾ ਫਰਨੀਚਰ ਨਹੀਂ ਸੀ ਇਹ ਜਦੋਂ 2008 ਦੇ ਵਿੱਚ ਅਸੀਂ ਮਨਪ੍ਰੀਤ ਜੀ ਐਫਐਮ ਬਣੇ ਸੀ ਬੋਬੀ ਸੇਕੋ ਗੈਪ ਫਰਨੀਚਰ ਵਾਲੇ ਸੈਕਟਰ 40 ਚ ਉਹਨਾਂ ਦਾ ਸ਼ੋਰੂਮ ਸੀ ਉਹਨਾਂ ਤੋਂ ਤਿਆਰ ਕਰਾਇਆ ਸੀ ਉਹਨੂੰ ਮਹੌਲੀ ਸ਼ਿਫਟ ਹੋ ਗਿਆ ਉਹਨਾਂ ਦਿਨਾਂ ਦੇ ਵਿੱਚ ਇਹ ਕੋਈ 1.5 ਲੱਖ ਇੱਕ ਲੱਖ 60 ਹਜ਼ਾਰ ਰੁਪਏ ਦਾ ਇਹ ਤਿਆਰ ਕੀਤਾ ਸੀ ਸਾਰਾ ਜੋ ਇਹ ਚਾਰ ਆਈਟਮ ਹੈਗੇ ਆ ਤੇ 15 ਸਾਲ ਬਾਅਦ ਜਦੋਂ ਅਸੀਂ ਕੋਠੀ ਵਿਕੇਟ ਕੀਤੀ ਤੇ ਅਕਾਲੀ ਦਲ ਦੇ ਨਵੇਂ ਮਿਨਿਸਟਰ ਉਸ ਕੋਠੀ ਚਾਹੇ ਉਹਨਾਂ ਨੇ ਇਹ ਯੂਜ਼ ਨਹੀਂ ਕੀਤਾ ਉਹਨਾਂ ਨੇ ਪੀਡਬਲਿਊਡੀ ਦੇ ਸਟੋਰ ਚ ਛੱਡਤਾ ਹੈ ਜਦੋਂ 2017 ਚ ਦੁਬਾਰਤੋਂ ਮਨਪੀਜੀ ਐਫਐਮ ਬਣੇ ਇਹ ਪੀਡਬਲਿਊਡੀ ਦੇ ਸਟੋਰ ਚ ਖੜਾਇਆ ਕਿ ਉਹ ਪੁਰਾਣਾ ਫਰਨੀਚਰ ਕਿੱਥੇ ਗਿਆ ਤੇ ਜਿਹੜਾ ਸਮਾਨ 10 ਸਾਲ ਕਿਸੇ ਪੀਡਬਲਿਊਡੀ ਦੇ ਸਟੋਰ ਚ ਪਿਆ ਰਵੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਉਹਦੇ ਕੀ ਹਾਲਾਤ ਹੋਣਗੇ ਉਹਨੂੰ ਠੀਕ ਕਰਾਇਆ ਪਾਲਿਸ਼ ਕਰਾਇਆ ਨਵਾਂ ਕਪੜਾ ਚੜਾਇਆ ਦੁਬਾਰਤੋਂ ਯੂਜ਼ ਕੀਤਾ ਫਿਰ ਪੀ ਡਬਲਯੂ ਡੀ ਨੇ অপਸ਼ਨ ਦਿੱਤੀ ਵੀ ਜੇ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੀ ਪੇਮੈਂਟ ਕਰ ਦਿਓ 15 ਸਾਲ ਪੁਰਾਣੇ ਦੀ ਪੇਮੈਂਟ 182000 ਦਿੱਤੀ ਜਦੋਂ ਕਿ ਉਹਨਾਂ ਦਿਨਾਂ 'ਚ ਅਸੀਂ 160000 ਦਿੱਤੀ ਸੀ ਵੈਰੀਫਾਈ ਕਰ ਲਓ ਸਾਰੀ ਗੱਲਾਂ ਤੇ 24 ਤਰੀਕ ਨੂੰ ਚੈੱਕ ਦਿੱਤਾ ਇਹ ਨਹੀਂ ਕਿ ਜੇ ਅੱਜ ਖਬਰ ਹੋਈ ਅਸੀਂ ਕੋਈ ਬੈਕ ਡੇਟ ਤੇ ਚੈੱਕ ਦੇਤਾ ਅਨਨੇਸੈਸਰੀ ਡੇਲੀ ਪੋਸਟਰ ਗਾਨੇ ਦੀ ਖਬਰ ਬਣਾਤੀ ਕਿ ਜੀ ਮੰਤਰੀ ਸਮਾਨ ਚੱਕ ਕੇ ਲੇ ਗਏ ਹੇ ਲੈ ਗਏ ਇੱਕੋ ਹੀ ਅਸੀਂ ਜਿਨ੍ਹਾਂ ਨੇ ਵੀਡੀਓਗ੍ਰਾਫੀ ਕਰਾਈ ਅਸੀਂ ਹਰ ਇੱਕ ਸਮਾਨ ਦੀ ਲਿਸਟ ਬਣਾ ਕੇ ਆਈਟਮ ਵਾਈਜ਼ ਪੁਆਇੰਟ ਵਾਈਜ਼ ਲਿਸਟ ਬਣਾ ਕੇ ਉਹਦੀ ਵੀਡੀਓਗ੍ਰਾਫੀ ਕੀਤੀ ਹੈ। ਦਰਅਸਲ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਨੇ ਖੁਲਾਸਾ ਕੀਤਾ ਹੈ ਕਿ ਕਾਂਗਰਸੀ ਮੰਤਰੀਆਂ ਵੱਲੋਂ ਬੰਗਲੇ ਤਾਂ ਖਾਲੀ ਕੀਤੇ ਗਏ ਨੇ ਪਰ ਉਹਨਾਂ ਵਿੱਚੋਂ ਲੱਖਾਂ ਰੁਪਏ ਦਾ ਕੀਮਤੀ ਸਮਾਨ ਗਾਇਬ ਹੈ। ਵਿਭਾਗ ਦੇ ਉਪ ਮੰਡਲ ਇੰਜੀਨੀਅਰ ਵੱਲੋਂ 24 ਮਾਰਚ ਨੂੰ ਜਾਰੀ ਪੱਤਰ ਨੰਬਰ 135 ਵਿੱਚ ਲਿਖਿਆ ਗਿਆ ਕਿ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੈਕਟਰ 2 ਚ ਸਥਿਤ ਕੋਠੀ ਨੰਬਰ 47 ਖਾਲੀ ਕਰ ਦਿੱਤੀ ਹੈ ਵਿਭਾਗ ਦੇ ਜੂਨੀਅਰ ਇੰਜੀਨੀਅਰ ਲਵ 프리 ਸਿੰਘ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਕੋਠੀ ਵਿੱਚ ਇੱਕ ਡਾਈਨਿੰਗ ਟੇਬਲ 10 ਡਾਈਨਿੰਗ ਕੁਰਸੀਆਂ ਇੱਕ ਸਰਵਿਸ ਟਰਾਲੀ ਤੇ ਇੱਕ ਰਿੰਕ ਲਾਉਂజర్ ਸੋਫਾ ਮਿਲਿਆ ਹੈ ਹਾਲਾਂਕਿ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਜੋ ਵੀ ਸਮਾਨ ਸਰਕਾਰੀ ਰਿਹਾਇਸ਼ ਵਿੱਚੋਂ ਲਿਆ ਉਸ ਦਾ ਖਰਚਾ ਪਾ ਦਿੰਦਾ ਹੈ ਮਨਪ੍ਰੀਤ ਬਾਦਲ ਨੇ ਇਸ ਦਾ ਚੈੱਕ ਵੀ ਸਭ ਦੇ ਨਾਲ ਸਾਂਝਾ ਕੀਤਾ ਹੈ ਮਨਪ੍ਰੀਤ ਬਾਦਲ ਤੇ ਬ੍ਰਹਮਹਿੰਦਰਾ ਦਾ ਚੈੱਕ ਵਿਭਾਗ ਕੋਲ ਗਿਆ ਹੈ ਤੇ ਵਿਭਾਗ ਜੂਰੀ ਲੈ ਕੇ ਇਸ ਦੀ ਜਾਂਚ ਕਰੇਗਾ ਬਿਊਰੋ ਰਿਪੋਰਟ ਦਾ ਖਾਲਸ ਟੀਵੀ